ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਵਲੌਗ ਦੇ ਵਿੱਚ। ਅੱਜ ਅਸੀਂ ਆਏ ਹਾਂਗੇ ਫੁੱਟੀ ਫੈਸਟੀਵਲ, ਮੱਕਾ ਫੁੱਟੀ ਫੈਸਟੀਵਲ ਕਹਿੰਦੇ ਆ ਇੱਥੇ ਇਹਨੂੰ ਐਡਲੇਡ ਦੇ ਵਿੱਚ। ਅਤੇ ਇੱਕ ਤਰ੍ਹਾਂ ਦੀ ਇਹ ਫੁੱਟਬਾਲ ਹੀ ਆ, ਬਟ ਜਿਵੇਂ ਫੁੱਟਬਾਲ ਰਾਊਂਡ ਹੁੰਦੀ ਆ, ਇਹ ਰਾਊਂਡ ਨਹੀਂ ਹੁੰਦੀ, ਇਹ ਥੋੜ੍ਹੀ ਜਿਵੇਂ ਕਹਿੰਦੇ ਨੇ ਓਵਲ ਸ਼ੇਪ 'ਚ ਹੁੰਦੀ ਹੈਗੀ। ਅਤੇ ਉਹਦਾ ਫੈਸਟੀਵਲ ਚੱਲ ਰਿਹਾ ਜਿਵੇਂ 4 ਤੋਂ ਲੈ ਕੇ 7 ਤਰੀਕ ਦੇ ਵਿਚਕਾਰ, ਅਤੇ ਜਿਵੇਂ 7 ਤਰੀਕ ਅੱਜ ਲਾਸਟ ਡੇ ਆ ਉਸ ਚੀਜ਼ ਦਾ। ਸੋ ਅੱਜ ਅਸੀਂ ਇੱਥੇ ਆਏ ਸੀਗੇ, ਇਹ ਹੈਗਾ ਐਡਲੇਡ ਓਵਲ ਦੇ ਵਿੱਚ, ਪਰ ਇੱਥੇ ਇੱਕ ਫੈਸਟੀਵਲ ਨਾਲ ਚੱਲ ਵੀ ਰਿਹਾ, ਉਹ ਹੈਗਾ ਐਲਡਰ ਪਾਰਕ ਦੇ ਵਿੱਚ, ਅਤੇ ਤੁਹਾਨੂੰ ਦਿਖਾਉਂਦੇ ਹਾਂ, ਤੁਸੀਂ ਜੁੜੇ ਰਹੋ, ਦਿਖਾਉਂਦੇ ਅੱਗੇ ਤੁਹਾਨੂੰ ਰੌਣਕਾਂ, ਤੁਹਾਨੂੰ ਅੱਗੇ ਰੌਣਕਾਂ ਵਿਖਾਉਂਦੇ ਹਾਂ। ਦੇਖਿਓ ਸੂਰਜ ਵੀ ਬਹੁਤ ਤਿੱਖਾ, ਅੱਖਾਂ ਵੀ ਨਹੀਂ ਖੁੱਲ ਰਹੀਆਂ, ਅਤੇ ਤੁਹਾਨੂੰ ਸ਼ੋਰ ਵੀ ਸੁਣੀ ਰਿਹਾ ਹੋਣਾ ਵਿੱਚ ਥੋੜ੍ਹਾ ਥੋੜ੍ਹਾ। ਅਤੇ ਆਹ ਦੇਖੋ, ਮੈਂ ਤੁਹਾਨੂੰ ਵਿਖਾਉਂਦਾ ਹੁਣ, ਆ ਸਾਰੇ ਰੋਡ ਨਾ ਇੱਥੇ ਬਲੌਕ ਕਰ ਦਿੰਦੇ ਹੁੰਦੇ ਨੇ ਜਦੋਂ ਕੋਈ ਇੱਦਾਂ ਦਾ ਫੈਸਟੀਵਲ ਹੁੰਦਾ, ਜਦੋਂ ਕ੍ਰਿਕਟ ਵਗੈਰਾ ਵੀ ਹੁੰਦਾ ਨਾ, ਤਾਂ ਸਾਰੇ ਰੋਡ ਇੱਥੇ ਬਲੌਕ ਕਰ ਦਿੰਦੇ ਹੁੰਦੇ ਆ, ਵੀ ਤਾਂ ਕਿ ਆਮ ਜਿਹੜੀ ਪਬਲਿਕ ਹੈ ਉਹ ਕਾਰਾਂ ਵਗੈਰਾ 'ਤੇ ਨਾ ਆਵੇ ਅਤੇ ਬੱਸਾਂ 'ਤੇ ਹੀ ਪ੍ਰੈਫਰ ਕਰਨ, ਨਹੀਂ ਤਾਂ ਇੱਥੇ ਬਹੁਤ ਭੀੜ ਲੱਗ ਜਾਣੀ ਆ, ਅਤੇ ਮਤਲਬ ਟਰਾਂਸਪੋਰਟ ਬਹੁਤ ਔਖੀ ਹੋ ਜਾਣੀ ਆ ਫਿਰ। The queue is moving pretty quickly, so I reckon within 5-10 minutes you're going to be in. It's free to get in. ਇੱਧਰ ਐਂਟਰੀ ਕਰਨ ਦੀ ਲਾਈਨ ਬਹੁਤ ਲੰਬੀ ਲੱਗੀ ਹੋਈ ਆ, ਅਤੇ ਕਹਿੰਦੇ ਵੀ ਸਾਰੇ ਪਿੱਛੇ ਜਾ ਕੇ ਲੱਗੋ, ਦੇਖੋ ਤੁਸੀਂ ਲਾਈਨ ਕਿੰਨੀ ਵੱਡੀ ਆ। ਅਸੀਂ ਅੰਦਰ ਆ ਚੁੱਕੇ ਹਾਂ ਜੀ, ਤੇ ਆ ਦੇਖੋ ਰੌਣਕ ਮੇਲਾ। ਆ ਵੇਖੋ ਕੀ ਬਣੇ ਫਿਰਦੇ ਆ, ਇਹ ਅੱਜ ਸੰਡੇ ਕਰਕੇ ਨਾ ਬਹੁਤ ਜ਼ਿਆਦਾ ਰਸ਼ ਹੈ ਇੱਥੇ, ਅਤੇ ਉੱਦਾਂ ਇੰਨਾ ਰਸ਼ ਨਹੀਂ ਹੁੰਦਾ ਵੀਕ ਡੇਸ ਵਿੱਚ, ਅਤੇ ਜਿਵੇਂ ਪਿਛਲੇ ਦਿਨਾਂ ਤੋਂ ਚੱਲ ਰਿਹਾ, ਜਿਵੇਂ ਆਪਣਾ ਫਰਾਈਡੇ ਨਹੀਂ ਥਰਸਡੇ ਤੋਂ ਸ਼ੁਰੂ ਹੋਇਆ ਸੀ ਇਹ, ਥਰਸਡੇ ਫਰਾਈਡੇ ਸੈਟਰਡੇ ਸੰਡੇ 4 ਦਿਨ, ਅਤੇ ਪਹਿਲੇ ਦਿਨ ਜਿਵੇਂ ਆਏ ਸੀਗੇ ਅਤੇ ਉਦੋਂ ਇੰਨਾ ਰਸ਼ ਨਹੀਂ ਸੀਗਾ, ਅਤੇ ਆਏ ਵੀ ਅਸੀਂ ਲੇਟ ਸੀਗੇ, ਅਤੇ ਉਦੋਂ ਬਲੌਗ ਵੀ ਨਹੀਂ ਬਣਾਇਆ, ਬਟ ਚਲੋ ਹੁਣ ਮੌਕਾ ਮਿਲਿਆ। ਸਾਨੂੰ ਕਰੀਬ 10 ਕੁ ਮਿੰਟ ਲੱਗੇ ਸੀਗੇ ਲਾਈਨ 'ਚ ਲੱਗਿਆਂ ਨੂੰ, ਅਤੇ 10 ਕੁ ਮਿੰਟਾਂ ਬਾਅਦ ਵਾਰੀ ਆਈ ਸੀਗੀ। ਅਤੇ ਜੇ ਮੈਂ ਤੁਹਾਨੂੰ ਆਹ ਪਹਿਲਾਂ ਹੁਣ ਥੋੜ੍ਹਾ ਵੀਡੀਓ ਦੇ ਵਿੱਚ ਦਿਖਾਇਆ, ਜ਼ਿਪ ਲਾਈਨ ਵੀ ਹੈਗੀ ਆ, ਅਤੇ ਸਾਰਾ ਇੱਥੇ ਮਤਲਬ ਮੈਕਡੋਨਲਡ ਵੱਲੋਂ ਸਪੋਂਸਰਡ ਹੈ ਬੇਸਿਕਲੀ, ਤਾਂ ਹੀ ਇਹਦਾ ਨਾਮ ਮੱਕਾ ਫੁੱਟੀ ਫੈਸਟੀਵਲ ਆ। ਇੱਥੋਂ ਜ਼ਿਪ ਲਾਈਨ ਸ਼ੁਰੂ ਹੁੰਦੀ ਆ, ਟਿਕਟਸ ਵਗੈਰਾ ਪਤਾ ਨਹੀਂ ਕਿੰਨੇ ਕੁ ਦੀਆਂ ਹੋਣਗੀਆਂ ਇੱਥੇ, ਔਰ ਖੈਰ ਮੈਨੂੰ ਤਾਂ ਹੈ ਨਹੀਂ ਸ਼ੌਕ, ਨਹੀਂ ਮੈਂ ਜ਼ਰੂਰ ਜਾਂਦਾ। ਆ ਜਾਓ, ਤੁਹਾਨੂੰ ਅੱਗੇ ਲੈ ਕੇ ਚੱਲਦੇ ਹੋਰ। Okay, exactly.
passing Justin Martin, healthy and fielded out. On an Anfield field, one of the great players. ਮੈਚ ਦਾ ਲਾਈਵ ਟੈਲੀਕਾਸਟ ਚੱਲ ਰਿਹਾ ਅੰਦਰ ਉੱਧਰ ਸਟੇਡੀਅਮ ਦੇ ਵਿੱਚ ਚੱਲ ਰਿਹਾ ਇਹ ਨਾਲ ਟੋਰੈਂਟਸ ਰਿਵਰ ਪੈਂਦੀ ਹੈ ਇੱਥੇ ਅਤੇ ਉਹਦੇ ਕਿਨਾਰੇ 'ਤੇ ਹੀ ਆ ਇੱਕ ਜੇ ਤੁਸੀਂ ਇੱਕ ਆਪਣਾ ਵੇਲ ਵਾਲਾ ਵਲੋਗ ਨਹੀਂ ਵੇਖਿਆ ਤਾਂ ਤੁਸੀਂ ਜਾ ਕੇ ਵੇਖਿਓ ਮੈਂ ਲਿੰਕ ਪਾਊਂਗਾ ਡਿਸਕ੍ਰਿਪਸ਼ਨ ਦੇ ਵਿੱਚ ਉਹ ਵੀ ਇੱਥੇ ਹੀ ਹੋਇਆ ਸੀਗਾ ਉਹ ਵੇਲ ਵਾਲਾ ਇਵੈਂਟ ਵੀ ਅਤੇ ਆਹ ਦੇਖੋ ਰਿਵਰ ਇੱਥੇ ਅਤੇ ਇੱਥੇ ਫਾਇਰ ਵਰਕਸ ਵੀ ਹੋਇਆ ਸੀ ਉਸਦਾ ਲਿੰਕ ਵੀ ਮੈਂ ਜ਼ਰੂਰ ਪਾਊਂਗਾ ਡਿਸਕ੍ਰਿਪਸ਼ਨ ਦੇ ਵਿੱਚ ਜੇ ਤੁਸੀਂ ਨਹੀਂ ਵੇਖਿਆ ਪਹਿਲਾਂ ਆਹ ਸਟੇਡੀਅਮ ਹੈ ਉੱਧਰ ਅਤੇ ਧੁੱਪ ਵੈਸੇ ਬਹੁਤ ਆ ਬਟ ਗਰਮੀ ਇੰਨੀ ਹੈ ਨਹੀਂ ਹਵਾ ਠੰਡੀ ਚੱਲ ਰਹੀ ਆ ਰੌਣਕ ਮੇਲਾ ਵੇਖੋ ਤੁਸੀਂ ਚਲੋ ਅੱਗੇ ਚੱਲਦੇ ਹੋਰ ਇੱਥੋਂ ਤੁਹਾਨੂੰ ਸਿਟੀ ਦਾ ਵਿਊ ਵੀ ਬਹੁਤ ਵਧੀਆ ਦਿਖ ਜਾਂਦਾ ਦੇਖੋ ਸਾਰੀਆਂ ਉੱਧਰ ਕਨਵੈਨਸ਼ਨ ਸੈਂਟਰ ਆ ਗਿਆ ਅਤੇ ਇੱਧਰ ਆਪਣਾ ਕਰਾਊਨ ਵੀ ਹੈਗਾ ਅਤੇ ਹੋਟਲ ਵਗੈਰਾ ਸਾਰੇ ਤੁਹਾਨੂੰ ਇੱਥੇ ਦਿਖ ਜਾਣਗੇ ਇੱਥੇ ਨਾ ਪ੍ਰਿੰਟਿੰਗ ਵੀ ਹੁੰਦੀ ਆ ਟੀ ਸ਼ਰਟਸ ਦੀ ਤੁਸੀਂ ਆਪਣੀ ਜਿਵੇਂ ਇਹਨਾਂ ਦੀ ਆਪੋ ਆਪਣੀਆਂ ਟੀਮਸ ਸਲੈਕਟਡ ਹੁੰਦੀਆਂ ਨੇ ਫੇਵਰੇਟ ਟੀਮਾਂ ਹੁੰਦੀਆਂ ਜਿਵੇਂ ਜਲੌਂਗ ਹੋ ਗਈ ਐਡਲੇਡ ਹੋ ਗਈ ਇਹ ਸਾਰੀਆਂ ਤਾਂ ਆਪੋ ਆਪਣੀਆਂ ਫੇਵਰੇਟ ਟੀ ਸ਼ਰਟਾਂ ਅਤੇ ਆਪਣਾ ਉਹ ਕਰਾਉਂਦੇ ਆ ਇਹ ਪ੍ਰਿੰਟਿੰਗ ਕਰਾਉਂਦੇ ਆ ਅਤੇ ਇੱਕ ਹੋਰ ਗੇਮਸ ਹੋ ਰਹੀਆਂ ਇੱਥੇ ਬੱਚਿਆਂ ਲਈ ਬਹੁਤ ਤਰ੍ਹਾਂ ਤਰ੍ਹਾਂ ਦੀਆਂ ਗੇਮਸ ਹੁੰਦੀਆਂ ਨੇ ਉੱਪਰ ਜ਼ਿਪ ਲਾਈਨ ਵੇਖੋ ਤੁਸੀਂ ਉਹ ਦੂਰ ਤੱਕ ਜਾਂਦੀ ਆ ਉਹ ਇੱਥੇ ਨਾ ਆਪਣਾ ਆਹ ਲੱਗਿਆ ਹੋਇਆ ਇੱਕ ਉਹ ਵਾਟਰ ਫੀਲਿੰਗ ਕਰਕੇ ਜਿਵੇਂ ਮੈਕਡੋਨਲ ਦਾ ਜਿਵੇਂ ਤਕੀਆ ਕਲਾਮ ਕਹਿ ਦਿੰਦੇ ਹਾਂ ਇੱਥੇ ਸਾਰੇ ਖੜ ਖੜ ਫੋਟੋਆਂ ਖਿਚਾ ਰਹੇ ਆ ਅਤੇ ਅਸੀਂ ਵੀ ਕਰਾ ਲਈ ਫਿਰ ਇੱਕ ਅਤੇ ਸਾਰੇ ਇੱਥੇ ਬਣਾ ਰਹੇ ਹੈਗੇ ਅਤੇ ਆ ਜਾਓ ਤੁਹਾਨੂੰ ਅੱਗੇ ਲੈ ਕੇ ਚੱਲਦੇ ਹਾਂ ਇੱਥੇ ਤਰ੍ਹਾਂ ਤਰ੍ਹਾਂ ਦੇ ਖਾਣ ਦੇ ਵੀ ਸਟੋਲਸ ਵਗੈਰਾ ਲੱਗੀਆਂ ਹੋਈਆਂ ਨੇ ਜੇ ਕਿਸੇ ਨੂੰ ਭੁੱਖ ਲੱਗਦੀ ਹੋਵੇ ਅਤੇ ਉਹ ਖਾ ਸਕਦੇ ਹੈਗੇ ਆਪਾਂ ਪਰ ਹੈਗਾ ਇੱਥੇ ਸਾਰਾ ਗੋਰਿਆਂ ਦਾ ਫੂਡ ਹੀ ਆ ਵੈਜ ਤੁਹਾਨੂੰ ਬਹੁਤ ਮੁਸ਼ਕਲ ਨਾਲ ਮਿਲ ਸਕਦਾ ਇੱਥੇ ਪਰ ਜਿਵੇਂ ਹੁਣ ਤੁਹਾਨੂੰ ਪਤਾ ਗੋਰਿਆਂ ਦਾ ਇਵੈਂਟ ਆ ਤਾਂ ਜ਼ਿਆਦਾਤਰ ਫਿਰ ਚਿਕਨ ਵਗੈਰਾ ਹੀ ਚੱਲਦਾ ਚਿਕਨ ਬੀਫ ਲੈਮ ਵਗੈਰਾ ਜੋ ਵੀ ਕੁਛ ਹੈਗਾ ਹੈ ਟਾਕੋਸ ਵੀ ਹੈਗੇ ਇੱਥੇ
ਤੇ ਇੱਕ ਆਪਣਾ ਆਹ ਦੇਖੋ ਤੇ ਲਾਈਵ ਟੈਲੀਕਾਸਟ ਵੀ ਚੱਲ ਰਿਹਾ ਸੀ ਗੱਲ ਮੈਚ ਦਾ ਜਿਹੜੇ ਅੰਦਰ ਨਹੀਂ ਜਾ ਸਕਦੇ ਜਾਂ ਟਿਕਟਾਂ ਫੁੱਲ ਹੋ ਗਈਆਂ ਜਾਂ ਮਹਿੰਗੇ ਕਰਕੇ ਨਹੀਂ ਅਫੋਰਡ ਕਰ ਸਕਦੇ ਬੋਟਿੰਗ ਵੀ ਤੁਸੀਂ ਕਰ ਸਕਦੇ ਹੋ ਵੈਸੇ ਇੱਥੇ ਚਲੋ ਅੱਜ ਤੁਹਾਨੂੰ ਬੋਟਿੰਗ ਵਾਲੇ ਪਾਸੇ ਲੈ ਕੇ ਚੱਲਦੇ ਹਾਂ ਆਪਣੇ ਬਾਈ ਜੀ ਇੱਥੇ ਸਿਕਿਉਰਿਟੀ ਕਰ ਰਹੇ ਹੈਗੇ ਕੀ ਹਾਲ ਹੈ ਬਾਈ ਜੀ ਬਹੁਤ ਵਧੀਆ ਜੀ ਆਹ ਦੇਖੋ ਕਿੰਨਾ ਵਧੀਆ ਨਜ਼ਾਰਾ ਇੱਥੇ ਆ ਜੋ ਤੁਹਾਨੂੰ ਥੋੜ੍ਹਾ ਅੱਗੇ ਨੂੰ ਲੈ ਕੇ ਚੱਲਦੇ ਹਾਂ ਉਹ ਪੋਲਾ ਜਿਹੜਾ ਆਪਣਾ ਸਿਟੀ ਨੂੰ ਸਟੇਡੀਅਮ ਦੇ ਨਾਲ ਜੋੜਦਾ ਤੁਸੀਂ ਦੇਖ ਸਕਦੇ ਹੋਵੋਗੇ ਆ ਇੱਦਾਂ ਦੀਆਂ ਛੋਟੀਆਂ ਛੋਟੀਆਂ ਬੋਟਸ ਹੈਗੀਆਂ ਜਿਨ੍ਹਾਂ ਦੇ ਵਿੱਚ ਤੁਸੀਂ ਟਰੈਵਲ ਕਰ ਸਕਦੇ ਹੋ ਮਤਲਬ ਨਜ਼ਾਰੇ ਲੈ ਸਕਦੇ ਹੋ ਮਾੜੇ ਮੋਟੇ ਪਤਾ ਨਹੀਂ ਟਿਕਟ ਵਗੈਰਾ ਦਾ ਕੀ ਸੀ ਨਾ ਹੋਣੀ $10 ਦੀ ਹੋਣੀ ਆ ਵੈਸੇ ਤੋਂ ਜ਼ਿਆਦਾ ਤਾਂ ਨਹੀਂ ਵਰਥ ਇਟ ਹੈਗੀ ਹੈ ਆਪੋ ਆਪਣੇ ਫੇਵਰੇਟ ਟੀਮਾਂ ਦੇ ਝੰਡੇ ਬਣਾ ਰਹੇ ਆ ਬੱਚੇ ਆਪਣੀਆਂ ਗੱਲਾਂ 'ਤੇ ਮਤਲਬ ਕਿੰਨਾ ਜ਼ਿਆਦਾ ਕਰੇਜ਼ ਆ ਸਪੋਰਟਸ ਦਾ ਇੱਥੇ ਇੱਕ ਨਾ ਇੱਥੇ ਆਪਣਾ ਸ਼ੇਨ ਵਾਰਨ ਜਿਹੜਾ ਕ੍ਰਿਕਟਰ ਉਹਦੇ ਵੱਲੋਂ ਇੱਕ ਚਲਾਈ ਗਈ ਆ ਇੱਥੇ ਜਿਵੇਂ ਕਹਿ ਲੈਂਦੇ ਆਪਾਂ ਸੰਸਥਾ ਜਾਂ ਔਰਗਨਾਈਜੇਸ਼ਨ ਕਹਿ ਲਈਏ ਅਤੇ ਜਿਹੜੇ ਫ੍ਰੀ ਹਰਟ ਚੈੱਕਅਪ ਕਰਦੇ ਆ ਅਤੇ ਉਹਨਾਂ ਨੇ ਇੱਥੇ ਵੀ ਲਗਾਇਆ ਹੋਇਆ ਆਪਣਾ ਜਿਹਨੇ ਕਰਾਉਣਾ ਹੋਵੇ ਅਸੀਂ ਦੇਖਦੇ ਹਾਂ ਵੀ ਇੱਥੇ ਟਰਾਈ ਕਰਕੇ ਜੇ ਸਾਡੀ ਵਾਰੀ ਆ ਜਾਂਦੀ ਹੈ ਜਿਵੇਂ ਲਾਈਨ ਥੋੜ੍ਹੀ ਹੈਗੀ ਆ ਇਹ ਬੇਸਿਕ ਚੀਜ਼ਾਂ ਹੀ ਚੈੱਕ ਕਰਨੇ ਜਿਵੇਂ ਕੋਲੈਸਟਰੋਲ ਵਗੈਰਾ ਬਲੱਡ ਸ਼ੂਗਰ ਵਗੈਰਾ ਬਾਕੀ ਮੇਜਰ ਤਾਂ ਨਹੀਂ ਹੁੰਦਾ 4 ਕਮੈਂਟ ਲਿਖਿਆ ਇਹਨਾਂ ਨੇ ਵੀ 4 ਕਮੈਂਟਾਂ ਦੇ ਵਿੱਚ ਵਿੱਚ ਕਰ ਦੇਣਾ ਇਹਨਾਂ ਨੇ ਚੈੱਕ ਜਿਵੇਂ ਤੁਹਾਨੂੰ ਦੱਸਿਆ ਸੀਗਾ ਵੀ ਬਲੱਡ ਟੈਸਟ ਕਰਾਉਣ ਚੱਲ ਗਏ ਸੀਗੇ ਅਤੇ ਆਪਾਂ ਵੀ ਕਰਾ ਲਿਆ ਅਤੇ ਥੋੜ੍ਹਾ ਉੱਤੇ ਥੱਲੇ ਜੇ ਆਈਆਂ ਚੀਜ਼ਾਂ ਛੋਟੀਆਂ ਮੋੜੀਆਂ ਕੋਈ ਜਿਵੇਂ ਕੋਲੈਸਟਰੋਲ ਵਗੈਰਾ ਥੋੜ੍ਹਾ ਬਹੁਤ ਪਰ ਕੋਈ ਗੱਲ ਨਹੀਂ ਆਪਾਂ ਹੱਲ ਕਰ ਲੈਣਾ ਉਹ ਚੀਜ਼ ਦਾ ਤੁਹਾਨੂੰ ਪਤਾ ਹੀ ਆ ਜਿਵੇਂ ਇੰਡੀਅਨ ਡਾਈਟ ਆਪਣੀ ਹੁੰਦੀ ਆ ਪੰਜਾਬੀਆਂ ਦੀ ਕਦੇ ਪਰੌਂਠੇ ਖਾ ਲਏ ਕਦੇ ਕੁਛ ਖਾ ਲਏ ਕਦੇ ਕੁਛ ਖਾ ਲਿਆ ਪਰ ਉਹ ਇੰਨਾ ਕੁ ਤਾਂ ਆਪਣੇ ਪੰਜਾਬੀਆਂ 'ਚ ਚੱਲਦਾ ਹੀ ਆ ਸੋ ਕੋਈ ਵਰੀ ਵਾਲੀ ਗੱਲ ਨਹੀਂ ਸੀਗੀ ਅਤੇ ਚਲੋ ਇਹ ਬਹਾਨੇ ਨਾਲ ਵੀ ਟੈਸਟ ਹੋ ਗਿਆ ਇੱਕ ਅਤੇ ਆਪਾਂ ਨੂੰ ਪਤਾ ਚੱਲ ਗਿਆ ਬੇਸ ਲਾਈਨ ਮਿਲ ਗਈ ਆ ਵੀ ਕੀ ਹੈ ਕੀ ਨਹੀਂ ਹੈਗਾ ਬਾਕੀ ਤੁਸੀਂ ਮੇਲੇ ਦਾ ਨਜ਼ਾਰਾ ਲੁੱਟੋ ਤੁਸੀਂ ਦੇਖੋ ਨਜ਼ਾਰੇ ਆ ਛੋਟੇ ਹੁੰਦੇ ਨਹੀਂ ਜਿਵੇਂ ਆਪਾਂ ਸਰਕਸ ਵਗੈਰਾ 'ਚ ਜਾਂਦੇ ਹੁੰਦੇ ਸੀਗੇ ਅਤੇ ਹੁੰਦੀ ਸੀਗੀ ਗੇਮ ਜੀ ਉੱਪਰ ਚੜ੍ਹ ਚੜ੍ਹ ਵਿੱਚ ਛਾਲਾਂ ਮਾਰਦੇ ਹੁੰਦੇ ਸੀਗੇ ਮੈਨੂੰ ਤਾਂ ਨਾਮ ਵੀ ਭੁੱਲ ਗਿਆ ਹੁਣ ਕੀ ਕਹਿੰਦੇ ਹੁੰਦੇ ਸੀ ਇਹਨੂੰ ਅਤੇ ਬਹੁਤ ਵਧੀਆ ਮਤਲਬ ਬੱਚਿਆਂ ਲਈ ਬਣਾਈਆਂ ਹੋਈਆਂ ਇੱਥੇ
ਫੋਟੋ ਜੇ ਕਰਾਉਣੀ ਹੈ ਕਿਸੇ ਆਪਣੇ ਉਹਦੇ ਨਾਲ ਕਿਸੇ ਪਲੇਅਰ ਨਾਲ, ਇੱਥੇ ਮੈਨੂੰ ਲੱਗਦਾ ਕੁਛ ਹੋਣਾ, ਕੋਈ ਇੰਤਜ਼ਾਮ ਕੀਤਾ ਇਹਨਾਂ ਨੇ ਵਰਚੁਅਲ। ਅੱਛਾ, ਵਰਚੁਅਲ ਰਿਐਲਿਟੀ ਦੇ ਨਾਲ ਕਰਾਉਂਦੇ ਆ ਪਿਕਚਰ ਇਹ। ਇਹ ਉਹ ਪਿੱਛੇ ਸਕਰੀਨ ਲੱਗੀ ਹੋਈ ਹੈ ਅਤੇ ਉਹਦੇ ਵਿੱਚ ਖੜ ਕੇ ਤੁਸੀਂ ਆਪਣੇ ਕਿਸੇ ਵੀ ਪਲੇਅਰ ਨਾਲ ਫੋਟੋ ਕਰਾ ਸਕਦੇ ਹੋ। ਆਹ ਵੇਖੋ ਤੁਸੀਂ ਜਾਲੀ ਜਿਹੀਆਂ ਲੱਤਾਂ ਲਗਾ ਕੇ ਕਿਵੇਂ ਕਿੰਨੀ ਹਾਈਟ ਕਰੀ ਹੈ ਇਹਨਾਂ ਨੇ। ਯਾਰ ਬੈਲੈਂਸ ਕਿਵੇਂ ਬਣਦਾ ਹੋਣਾ ਇਹਨਾਂ ਦਾ, ਕਮਾਲ ਦੀ ਗੱਲ ਹੈ। ਸਾਰੇ ਉਹਨਾਂ ਨਾਲ ਫੋਟੋਆਂ ਕਰਾ ਰਹੇ ਆ ਵੇਖੋ। ਚਲੋ ਉਮੀਦ ਕਰਦੇ ਹਾਂ ਜੀ ਤੁਹਾਨੂੰ ਅੱਜ ਦਾ ਬਲੌਗ ਪਸੰਦ ਆਇਆ ਹੋਣਾ। ਮਿਲਦੇ ਹਾਂ ਕਿਸੇ ਅਗਲੇ ਨਵੇਂ ਬਲੌਗ ਦੇ ਵਿੱਚ, ਅਤੇ ਐਵੇਂ ਹੀ ਤੁਸੀਂ ਪਿਆਰ ਦਿੰਦੇ ਰਹੋ, ਜੁੜੇ ਰਹੋ। ਅਤੇ ਮੈਂ ਲਿੰਕ ਪਾਊਂਗਾ ਬਾਕੀ ਵੀਡੀਓਜ਼ ਦੇ ਜਿਹੜੀਆਂ ਮੈਂ ਤੁਹਾਨੂੰ ਮੈਨਸ਼ਨ ਕੀਤਾ ਸੀਗਾ, ਅਤੇ ਤੁਸੀਂ ਜੇ ਟਾਈਮ ਲੱਗਿਆ ਤਾਂ ਜ਼ਰੂਰ ਵੇਖਿਓ ਜਾ ਕੇ। ਚਲੋ ਜੀ, ਮਿਲਦੇ ਹਾਂ ਫਿਰ ਅਗਲੇ ਬਲੌਗ ਦੇ ਵਿੱਚ। ਸਤਿ ਸ਼੍ਰੀ ਅਕਾਲ।